एक ओंकार सतगुर प्रसाद श्री राग महला पहला घर पहला अस्पदिया आख राख मन वावना सब सिंह जी सतगुरु नानक देव महाराज साहब जी जिस वक्त सुमेर पर्व ने प्यारा किया जान का भाई मरदाने ने बेनती की कि सच्चे पातशाह मक्का सुनीदा है मदीना सुनीदा महाराज मैं कदे वेख्या नहीं कृपा करके मेरी इच्छा पूरी करो तो सतगुरु सच्चे पातशाह जी ने उस क्या मरदानिया उस मक्के जान का बड़ा प्रतिबंधक है जेड़ा कोई कलमा पढ़े उसनू जान देंदे है दूसरे नू जान नहीं देंदे हैं मक्के विच्चे ये कहन लगा सच्चे पातशाह पर लोग भी कहा या केड़ा है जेड़ा आप नू रोक सके आप जरूर कृपा करके मक्का वखाओ सतगुरु साहब जी ब्रह्मा के इलाके गुजरते गुजरते पत्थर पत्थर रोड़ी से आ गए उथे है जी चले समझाए के करके उन्होंने गुरु महाराज साहब सच्चे पातशाह के चिन्ह नाल तो मुसलमाना के पहरे हुए सी नीले वस्त्र नाल हिंदू वाला तिलक लाया होया सी नाले गुरू पाया होया सी एक पैर खड़ाव सी एक पैर जोड़ा सी इस प्रकार के आकार विच महाराज साहब जो हिंदू आ जाता परसन वाला तो हिंदू नहीं कर देंगे जो मुसलमान आ जाता मुसलमान ही कर देंगे इस प्रकार गुरु महाराज साहब सच्चे पातशाह कौन तो कर रहे सन इन्होंने हाजिया ने ईरखा की गुरु महाराज साहब नू आपां मक्के ना जान दईए रुकावट करता कि तुसीं नहीं जा सकते जिहड़ा कलमा पढ़े वह जा सकता है उस वक्त गुरु महाराज साहब सच्चे पातशाह नू छड के ये हाजी सारे तैयार होकर तुर गए जहाज ते चढ़ गए महाराज कहिंदे मरदानिया वेख उत्थे हिंदू जाति वालिआं नू जां होर किसे कौम वालिआं नू सतंत्र नू रुकावट है मक्के जाण ते रुकावट है ये कहण लगा महाराज ਕਿੰਨਾ ਲੋਕਾਂ ਚ ਕੌਣ ਹੈ ਐਸਾ ਜਿਹੜਾ ਆਪ ਨੂੰ ਰੋਕ ਸਕੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਚੰਗਾ ਹੈ ਅੰਮ੍ਰਿਤ ਵੇਲਾ ਹੈ ਸ਼ਬਦ ਸੁਣਾ ਜਿਹੜੇ ਮੈਂ ਸ਼ਬਦ ਕੀਰਤਨ ਭਾਈ ਮਰਦਾਨੇ ਨੇ ਕੀਤਾ ਜਿਹੜੀ ਅਸ਼ਟਪਦੀ ਆਵੇਗੀ ਤਿਆਰ ਆਈ ਉਹ ਪੜੀ ਮਹਾਰਾਜ ਸਾਹਿਬ ਦੀ ਅਸਰ ਚ ਆਵੇਗੀ ਉਸ ਵੇਲੇ ਮੱਕੇ ਮਰਦਾਨੇ ਨੇ ਸਿਰ ਝੁਕਾਇਆ ਸ਼ਬਦ ਦਾ ਭੋਗ ਪਾ ਕੇ ਮੱਕੇ ਦੇ ਮਨਾਰੇ ਦਿਸ ਗਏ ਮਹਾਰਾਜ ਨੇ ਕਿਹਾ ਆਵਾ ਮੱਕਾ ਯਾਰ ਤੇਰੀ ਮੁਖ ਉਸ ਮਰਦਾਨੇ ਲੋਰੋ ਸੂਰੀ ਜਦੋਂ ਮਰਦਾਨਾ ਗਿਆ ਕਹਿੰਦੇ ਅੱਖਾਂ ਬੰਨ ਕੇ ਜਾ ਸਕਦਾ ਹੈ ਭਾਈ ਮਰਦਾਨੇ ਨੇ ਕਿਹਾ ਕਿ ਮਹਾਰਾਜ ਮੈਂ ਅੱਖਾਂ ਬੰਨ ਕੇ ਕੀ ਵੇਖਾਂਗਾ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਜਾ ਤੂੰ ਵੇਖ ਸਕ ਤੈਨੂੰ ਕੋਈ ਨਹੀਂ ਵੇਖ ਸਕੇਗਾ ਸਾਰੇ ਉਹਨੇ ਹੋ ਜਾਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਮਰਦਾਨਾ ਗਿਆ ਅੰਦਰ ਜਾ ਕੇ ਕੀ ਵੇਖਦਾ ਹੈ ਉੱਥੇ ਇੱਕ ਸ਼ਿਵਜੀ ਦਾ ਚਿੰਨ੍ਹ ਹੈ ਉਹਦੇ ਤੇ ਪਾਣੀ ਚੜਾ ਕੇ ਬੋਸ਼ੀਆਂ ਲੈਂਦੇ ਹੈ ਇਸ ਪ੍ਰਕਾਰ ਦੇ ਬੁੱਤ ਪ੍ਰਸਤੀ ਵੇਖੀ ਵੇਖ ਕੇ ਮਰਦਾਨਾ ਸ਼ਰਮਿੰਦਾ ਜਿਹਾ ਹੋ ਕੇ ਆ ਗਿਆ ਵਾਪਸ ਮਹਾਰਾਜ ਸਾਹਿਬ ਨੂੰ ਕਹਿਣ ਲੱਗਾ ਤੁਸੀਂ ਵੀ ਮਹਾਰਾਜ ਚੱਲੋ ਸਤਿਗੁਰੂ ਜੀ ਰਾਤ ਦੇ ਵਕਤ ਚਲੇ ਗਏ ਪੈਰ ਕਰਕੇ ਜਦੋਂ ਪੈ ਗਏ ਦਾਤ ਵੱਲ ਜਿਵੇਂ ਸਵੇਰ ਵਾਸਤੇ ਹਿੰਦੂ ਕਾਜੀ ਰੁਕੇ ਉਹ ਮਿਲਣ ਵਾਸਤੇ ਜਦੋਂ ਝਾੜੂ ਦੇਣ ਵਾਸਤੇ ਆਏ ਗੁਰੂ ਸਾਹਿਬ ਪਿਆ ਨੂੰ ਦੇਖ ਕੇ ਕਹਿੰਦਾ ਖੁਦਾ ਵੱਲ ਕਿਉਂ ਲੱਤਾਂ ਟੁੱਟੀਆਂ ਲੱਤਾਂ ਵੱਲ ਖੁਦਾ ਦੇ ਕਿਉਂ ਕਰਕੇ ਹੋਏ ਬਗਜਾਰੀ ਮਹਾਰਾਜ ਸਾਹਿਬ ਨੇ ਕਿਹਾ ਵੀ ਅਸੀਂ ਥੱਕੇ ਆਏ ਹਾਂ ਸਾਨੂੰ ਪਤਾ ਨਹੀਂ ਕਿੱਧਰ ਖੁਦਾ ਦਾ ਘਰ ਹੈ ਕਿੱਧਰ ਨਹੀਂ ਸਾਨੂੰ ਜਿੱਧਰ ਖੁਦਾ ਦਾ ਘਰ ਨਹੀਂ ਦਿਖਦਾ ਉਸ ਪਾਸੇ ਸਾਡੇ ਪੈਰ ਕਰਦੇ ਇਹ ਸੁਣ ਕੇ ਉਹਨੂੰ ਗੁੱਸੇ ਨਾਲ ਗੁਰੂ ਸਾਹਿਬ ਨੇ ਲੱਤਾਂ ਤੇ ਪਕੜ ਕੇ ਖਿੱਚਿਆ ਭਾਈ ਗੁਰਦਾਸ ਜੀ ਨੇ ਕਿਹਾ ਟੰਗਾਂ ਪਕੜ ਕੇ ਖਿੱਚਿਆ ਫਿਰ ਆ ਮੱਕਾ ਕਲਾ ਵਿਖਾਰੀ ਸਾਰੇ ਜਦੋਂ ਕਲਾ ਅਸੀਂ ਵੀ ਵਿਖਾਰੀ ਮੱਕਾ ਵੀ ਨਾਲ ਮਾਰਿਆ ਤੇ ਜਿੱਧਰ ਨੂੰ ਚਰਨ ਜਾਣੇ ਉੱਧਰ ਫਿਰੇ ਜਿਵੇਂ ਜਹਾਜ ਪਾਣੀ ਤੇ ਆ ਸਕਦਾ ਹਾਲਤ ਵੇਖ ਕੇ ਸਾਰੇ ਹੈਰਾਨ ਹੋ ਗਏ ਕਾਲੀ ਕਾਜੀ ਮੁਲਾਣੇ ਹੁਣ ਤੱਕ ਮੱਕੇ ਦੇ ਮਨਾਰੇ ਜਿੱਧਰ ਗੁਰੂ ਸਾਹਿਬ ਦੇ ਚਰਨ ਸੀ ਉਹ ਛੱਤ ਝੁਕੀ ਹੋਈ ਹੈ ਹੇਲੇ ਪਾਸੇ ਨੂੰ ਛੱਡੇ ਫਿਰ ਗੁਰੂ ਸਾਹਿਬ ਦੇ ਚਰਨ ਛੱਡੇ ਤੇ ਉੱਥੇ ਮੱਕਾ ਟੁੱਕਿਆ ਸਾਰਿਆਂ ਨੇ ਮਿਲ ਕੇ ਗੁਰੂ ਸਾਹਿਬ ਨਾਲ ਚਰਚਾ ਕੀਤੀ ਉਸ ਨੇ ਚਰਚਾ ਦਾ ਕਿ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਏ ਵੱਡਾ ਸੰਗ ਵਰਤਿਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੋ ਮੁਸਲਮਾਨ ਹੋਈ ਬਾਬਾ ਆਖੇ ਹਾਜੀਆਂ ਸਭ ਅਮਲਾ ਵਾਜੋ ਦੋਨੋਂ ਹੋਈ ਇਹ ਜਿਹੜੇ ਉੱਤਰ ਦਿੱਤੇ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਸਾਹਿਬ ਸੰਗਤ ਜੀ ਸਾਰੇ ਹੈਰਾਨ ਹੋ ਗਏ ਫਿਰ ਪਰਮੇਸ਼ੁਰ ਦੀ ਹੋਂਦ ਵਾਜ ਪੁੱਛਣ ਲੱਗੇ ਕਿ ਉਹ ਪਰਮੇਸ਼ੁਰ ਕਿੱਡਾ ਕੁ ਵੱਡਾ ਹੈ ਉਹਨੂੰ ਕਿਸ ਪ੍ਰਕਾਰ ਪ੍ਰਾਪਤ ਕਰ ਸਕੀਏ ਉਹਦਾ ਥਾਂ ਕਿੱਡਾ ਕੁ ਹੈ ਅਤੇ ਉਹਦਾ ਨਾਂ ਕਿੰਨੇ ਕੁ ਹੈ ਸੁਣ ਕੇ ਗੁਰੂ ਸਾਹਿਬ ਜੀ ਇਹ ਅੰਮ੍ਰਿਤ ਦੀ ਸ਼ਬਦ ਉਚਾਰਨ ਕਰਦੇ ਹਨ ਇਹ ਮੱਕੇ ਵਿੱਚ ਮਹਾਰਾਜ ਜੀ ਸ਼ਬਦ ਉਚਾਰ ਰਿਹਾ ਹੈ ਇਹ ਕਦੈਤ ਰੂਪ ਪਰਮੇਸ਼ੁਰ ਓਂਕਾਰ ਸਾਰਿਆਂ ਦਾ ਪ੍ਰਕਾਸ਼
सतगुरां की कृपा करके प्राप्त होना है। श्री राग महला पहला कर पहला अष्टपदियां एक ओ अंकार सतगुर प्रसाद सुर घर घर अठा अठा पदिया वाली पौधिया वाली बाणिया महाराज चार गए सन। एक ओ अंकार सतगुर प्रसाद श्री राग महला पहला कर पहला अष्टपदियां आस आस मन गावना प्रश्न किया तो महाराज मन में किस प्रकार परमेश्वर वाल लाना करिए तो गुरु साहब फरमाते हे भाई आस आस के बार बार पुनः पुनः कह के मन के ताई वावना इतराना करिए मन के पास परमेश्वर जो जो जाता है महाराज नाम के ताई वाह उचारण करेगा उन्हें परमेश्वर में जान लगेगा जिन्हें जिन्हें जपेगा उन्हें उचारण करेगा प्यार आवेगा रस आवेगा हृदय ताई इस प्रकार उचारिए। फिर महाराज हो रहा साडा प्रश्न है ये मन में सूखम किए करिए तो महाराज साहब फरमाते हैं आस आस मन भाई सत शास्त्रां द्वारा सच्चा उपदेश आस आस के आस नाम नाम का है नाम आस आस के मन में भावना मन में वरूप करिए सूखम करिए जो जो जाता है जपेगा उन्हें वाह सूखम होगा मन जिन्हें सूखम होगा उसे प्रकार फिर नारा तुम्हें करिए आख 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 मन वावना उसके नाम पाई आख आख के मन वावना वर्जना करिए विषय वालों अते पदार्थानी वासना वालों मन रोकना करिए जो जो जाता है वाह उसके नाम जपेगा उन्हें भर दिया जाएगा रुक जाएगा उसे प्रकार आख आख मन वावना परमेश्वर के यश में कह करके मन का मान भावना गुआना करिए मन का मान गुआना करिए जो जो जाता है जपेगा उन्हें मन का जरा वाह के अंदर गुमान है वो चलिया जाएगा दूर हो जाएगा इस प्रकार आस आस मन वावना आस के गुरु साहब के नाम न आस के मुख द्वारा मन वावना बरीक करिए सुख मनाइए मन दिया वासना रोक करके जो जो जाता है वाह जपेगा उन्हें वाह सुख होगा मन जिसनो वाह सुनाई है सच्चे पातशाह साडा होर प्रश्न है जिसनु वाह उचार करके जिसनु मन वर्ग के मन दिया वासना सूखम करके जिसने वाह उचार के मन का मान गवा के सुनाना है परमेश्वर महाराज किड्डा कोड्डा है ये प्रश्न है ये केड़े थां रहिंदा है कृपा करके दसो ये प्रश्न किया जी नू मन का मान गवा के मन नू बरीक बना के मन तो उचरा के मन का सूखम बना करके सुनाना है तो केवल कित थां है ये प्रश्न सी ना महाराज कहते हे काजी उन किड्डा को वड्डा कह दिए क्यों कथन नहीं किया जा सकता ये कित थां केड़े थां दस दिए सारे थावां दी व्यापक है प्रश्न की उत्तर महाराज देता है तो केवल प्रश्न सी ना किड्डा को वड्डा है तेनू किड्डा को वड्डा दस दिए कथन नहीं किया जाता वड्डा साहिब चलना कमार कित थां केड़ा थां दसीए सारे थां ही ओहदे है सारे व्यापक है आखण वाले जेतड़े फिर महाराज कहण वाले जेड़े कह लेंदे होणगे तां हजूर कहिंदे हन हे काजी सुनो आखण वाले जेतड़े जेड़े उस परमेश्वर ताई आखण वाले कथन करन वाले हन व्यास आदक ऋषि मुनि पीर पकंबर आदक सब आख रहे लेवला सारे कह कह के लेवला रहे चेता ही भुल गया बोलन दा उन्हां नूं तो ऐसी लिव लागी आख आख आखदे आखदे उन्हां दी बिरती जुड़ गई उस वाहिगुरु च चेता ही भुल गया कहो कबीर गूंगे गुड़ खाया उच्चे ते क्या कहिए जिवें गूंगे नूं गुड़ खुआरिए दस नहीं सकदा ਇਹ ਕਹਿੰਦਿਆਂ ਕਹਿੰਦੇ ਲਿਵ ਲੱਗ ਜਾਂਦੀ ਹੈ ਫਿਰ ਕੁਛ ਕਹਿ ਨਹੀਂ ਸਕਦੇ ਸਮੁੰਦਰ ਪੂਰਾ ਉਸ ਪਰਮੇਸ਼ਰ ਨੂੰ ਤੋ ਕਿਸ ਪ੍ਰਕਾਰ ਇਹ ਕਾਜੀ ਜਾਣ ਸਕੇਗਾ ਜਿਹਨਾਂ ਦੀ ਬਿਰਤੀ ਜੁੜ ਗਈ ਉਹ ਤਾਂ ਬੋਲ ਨਹੀਂ ਸਕਦੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਇਸ ਪ੍ਰਕਾਰ
आखण वाले बेतड़े जेड़े परमेश्वर दे कसम करन वाले है ना जस दे ताई सब आख रहे लिवला सारे आख करके महात्मा बिट्टी ला के लिवला रहे है अपना आप गवा के अभेद हो गए हो तो इंदिया कहने लिव लागी परमेश्वर जे वो दसे कौन हुन पोसे ताई बाबा अल्लोह अगम अपार हे सतगुरु स्वरूप नु दसो ता सही तो मारा कहते पांबर के बखई तो हे वे जियासु रूपी काजी बाबा अलो ओ परमेश्वर अलो ना पाक दा है अरबी विच ओ पवित्र रूप है परमेश्वर फिर वो कैसा अलो लखन तो रहत है अते आगो मन की गमता तो परे है प्रकृति दे पारावार तो रहत है ऐसा जा स्वरूप है काजी बाकी नाई पाक था जरा नाम है वो भी पवित्र है जी पाक पवित्रता कितों आई नहीं है वो ही सदा पवित्रता है ओरी नाई नाम महिमा भी पाक पवित्र है बाकी नाई पाक था पवित्र स्वरूप रूपी थाव है सचरान कतेव से पाक किताबा कुरान आदि पवित्र है सच्चा परवतगार सच्चा है परवतगार पालना करने वाला सारे प्रतपाया करने वाला परमेश्वर है सच्चा त्रिकालवाद रूप है ऐसा उस रूप है ओरी लखने वृत्ति करके इस प्रकार जाने जाता है शक्ति वृत्ति करके ओदा भेद नहीं जाने जा सकता तो पाकी नाई जी पाक जी माया कुदरत पवित्र हो रही है पाक पवित्र की न्यायी प्रति ओरी सत्ता करके प्रतीत हो रही है नाई नाम महिमा का है ओरी पवित्र महिमा है ओदा नाम भी ओदा पवित्र है जिन्हें नाई नाम के ताई उचारिया वह भी पवित्र हो गए है ओदा थां स्वरूप भी पवित्र है त्रिकालवाद रूप है फिर वो परदवा परवतगार सारे की पालना करने वाला है पालना ग्रहण की है जिसने कहा तेरा हुक्म ना जापी केतड़ा महाराज फिर हुक्म का ही बयान कर दो महाराज कहते हे काजी तेरा तो स्वरूप परमेश्वर का जरा हुक्म है वो तेरे पासों नहीं जाने जा सकता कितना तो वड्डा है हुक्मी हो गया आकार हुक्म ना कहा जाई वाहिगुरु का हुक्म कथन नहीं किया जाता कितना वड्डा हुक्म है जिस ना जाने कोई जेड़ी महाराज हुक्म कोई कहा ना जावे जेड़े असाधी आदमी होंगे है वो लिख के दस देंगे है तो कोई कागज कलम नाल लिखा जा सकता होगा महाराज कहने जो सारी धरती का कागज बना दिए सारी बनास्पति दिया कलमा बना दिए सत्ता समुद्रों की शाही बना दिए भी गणेश न लखारी ला दिए सृष्टि कसम कर लग जे जब कौन देवते नाली कलम चलन लग जावे फिर भी लिख ना जाने कोई लिख करके अंदाजा नहीं जान सके कितना वड्डा स्वरूप है क्यों कहा नहीं जा सकता है ये सौ शायर मेली है सतगुरु जी किसी ने कहा नहीं होना हूं ती जे भला बारे परमेश्वर मिलके उचारण लग जान वो कविता बना के तो कह सकेंगे परमेश्वर की बाबत तो हजूर फरमाते हैं ये सौ शायर मेली ये भाई एक की जो शायर सब तो आज कवि बाल्मीक जी हुए ब्रह्मा दे अवतार यह जे बाल्मीक आदि जिन 10,000 वरा रामचंद्र के अवतार धारण तो पहला रामचंद्र जी कथा रामायण बाल्मीकि रामायण उच्चारण कर दिता यह जे सैकड़े ही ब्यास लिखी जिन्हें 18 पुराण बना दिते यह जो सैर कवि जेडे बड़े बड़े आप कवि मने गए है ये सैकड़े यह जे सैर अंगिनती मेलिए कट्ठे कर लीए दिल न पुजाव है रूप उस प्रवेश की रो न शोभा है उसकी शोभा तेरे जी नाम नहीं पहचा सकनगे महाराज की शोभा तेरे जी नीम नहीं कह सकनगे कह के पूरी नहीं पहचा सकनगे ऐसा परमेश्वर है ये सौ शायर मेली है सैकड़े ब्रह्मा आदि कवि बना के मेल लीए जे करके ब्रह्मा दे अवतार है ना बाल्मीक व्यास आदिक सैकड़े मेल लीए कट्ठे कर लिए दिल ना पुजाव है रूप रोए ना जतन है जतन करके भी तिल मात्र भी महाराज की शोभा नहीं पुजा सकेंगे रोए ना बाणी का है बाणी करके कसर करके तिल मात्र भी उसकी शोभा माया तिल भी नहीं आई और ओरी शोभा कुदरत की शोभा ही नहीं कसम कर सकेंगे वो भी अंत है परमेश्वर तिल ना पुजावे रो ही बहन गए अंत
ਵੀ ਸਾਥੋਂ ਪੂਰਾ ਕਿਹਾ ਨਹੀਂ ਗਿਆ, ਪੂਰਾ ਯਤਨ ਕਰਕੇ ਵੀ ਤਿਲ ਮਾਤਰ ਵੀ ਸੋਭਾ ਨੂੰ ਤੇ ਕਿਸੇ ਪ੍ਰਕਾਰ ਬਾਣੀ ਕਰਕੇ ਪੁੱਜ ਨਹੀਂ ਸਕਣਗੇ ਰੋਣ ਤੋਂ ਬਗੈਰ। ਹੋਰ ਇਸ ਪ੍ਰਕਾਰ ਉਹਦੇ ਰੋਏ ਰੂਬਰੂ ਸਾਹਮਣੇ ਹੋ ਕੇ ਕੁਝ ਨਹੀਂ ਕਹਿ ਸਕਣਗੇ। ਕੀਮਤ ਕੀਮਤ ਕਿਨੈ ਨਾ ਪਾਈ ਆ, ਬੜੇ ਬੜੇ ਉਤਾਰ ਪਕੰਬਰ ਹੋ ਚੁੱਕੇ ਆ, ਕਿਸੇ ਨੇ ਤਾਂ ਕੀਮਤ ਪਾਈ ਹੋਣੀ ਹੈ। ਮਹਾਰਾਜ ਕਹਿੰਦੇ ਹੇ ਪੀਰ ਹੇ ਕਾਜੀਓ ਸੁਣੋ, ਪਰਮੇਸ਼ੁਰ ਦੀ ਕੀਮਤ ਕਿਸੇ ਨੂੰ ਵੀ ਨਹੀਂ ਪਾਈ, ਵਾਹਿਗੁਰੂ ਦੀ ਕੀਮਤ ਪਾਉਣ ਨੂੰ ਕੋਈ ਸਮਰੱਥ ਹੀ ਨਹੀਂ ਹੈ, ਹੁਣ ਤਾਂ ਕਿਸੇ ਨੂੰ ਪਾਈ ਨਹੀਂ ਪਿੱਛੇ ਕੀਮਤ। ਸਭ ਸੁਣ ਸੁਣ ਆਖੇ ਕਹਿੰਦੇ ਮਹਾਰਾਜ ਖੁਦਾ ਦੇ ਕੋਲੇ ਪਕੰਬਰ ਜਾ ਕੇ ਗੱਲਾਂ ਕਰਦੇ ਰਹੇ ਆ, ਕਹਿੰਦੇ ਫਰੇਸਤੇ ਮਿਲਦੇ ਰਹੇ ਆ, ਵਾਹਿਗੁਰੂ ਦੇ ਜਨਵਾ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਅੱਗੇ ਫਿਰ ਅੱਗੇ ਸਭ ਸੁਣ ਸੁਣ ਪਕੰਬਰ ਜਿਹੜੇ ਹੈ ਉਹ ਫਰੇਸਤਿਆਂ ਦੇ ਰਾਹੀਂ, ਜਿਵੇਂ ਮੁਹੰਮਦ ਸਾਹਿਬ ਨੂੰ ਕਹਿੰਦੇ ਫਰੇਸਤੇ ਨੇ ਕਿਹਾ ਕਿ ਚੱਲ ਤੈਨੂੰ ਖੁਦਾ ਨੂੰ ਯਾਦ ਕੀਤਾ ਹੈ ਤੇ ਤੈਨੂੰ 45 ਸਾਲ ਨੂੰ ਪਕੰਬਰੀ ਦਾ ਰੁਤਬਾ ਪ੍ਰਾਪਤ ਹੋਇਆ ਹੈ। ਇਸ ਪ੍ਰਕਾਰ ਸਾਰੇ ਸੁਣ ਸੁਣ ਕੇ ਆਪਦੇ ਕੰਨੀ ਉਹਦੀ ਸੋਭਾ ਨੂੰ ਆਖਦੇ ਹੈ, ਪੂਰੀ ਸੋਭਾ ਨਹੀਂ ਵਾਹਿਗੁਰੂ ਦੀ ਕੋਈ ਕਹਿ ਸਕਦਾ। ਪੀਰ ਪੈਗੰਬਰ ਸਾਲਕ ਸਾਧਕ ਇਹ ਸਤਿਗੁਰੂ ਸਾਡੇ ਮੁਹੰਮਦ ਸਾਹਿਬ ਪੈਗੰਬਰ ਕਹਿੰਦੇ ਹੈ ਖੁਦਾ ਦੇ ਦਰਸ਼ਨ ਕਰਨ ਵਾਸਤੇ ਸੱਤਵੇਂ ਆਕਾਸ਼ ਵਿੱਚ ਗਏ ਸੀ, ਜਿਸ ਵੇਲੇ ਗਏ ਸਨ ਉਸ ਵੇਲੇ ਫਰੇਸ਼ਤਾ ਨੇ ਕਿਹਾ ਕਿ ਚੱਲ ਤੈਨੂੰ ਖੁਦਾ ਨੂੰ ਚੇਤੇ ਕੀਤਾ। ਅੱਗੇ ਕਹਿੰਦੇ ਆਕਾਸ਼ ਜਦੋਂ ਗਏ ਤੇ ਕਿ ਜਿੰਦਾ ਰਿਹਾ ਸੀ, ਫਿਰ ਉਹ ਕੁੰਡੀ ਖੜਕਾਈ ਤੇ ਅੰਦਰੋਂ ਖੁਦਾ ਨੂੰ ਬਾਹਰ ਖੋਲਿਆ ਤੇ ਫਰੇਸ਼ਤਾ ਅੰਦਰ ਲੰਘਿਆ, ਪੈਗੰਬਰ ਸਮੇਤ ਗਏ। ਖੁਦਾ ਨੇ ਅੱਗੇ ਉੱਠੇ ਇੱਕ ਅੰਗੂਰਾਂ ਦੀ ਸ਼ਰਾਬ ਦਾ ਪਿਆਲਾ ਤੇ ਇੱਕ ਦੁੱਧ ਦਾ ਪਿਆਲਾ, ਇੱਕ ਸ਼ਹਿਦ ਦਾ ਪਿਆਲਾ ਮੁਹੰਮਦ ਅੱਗੇ ਰੱਖਿਆ। ਮੁਹੰਮਦ ਸਾਹਿਬ ਨੇ ਸ਼ਰਾਬੀਆਂ ਨੂੰ ਬਹੁਤ ਜ਼ਿਆਦਾ ਖੁਦਾ ਵੀ ਸ਼ਰਾਬ ਪਿਆ ਦਿੰਦਾ ਪੈਗੰਬਰਾਂ ਨੂੰ, ਮੁਹੰਮਦ ਨੂੰ ਕਹਿੰਦੇ ਸ਼ਹਿਦ ਦਾ ਪਿਆਲਾ ਪੀ ਲਿਆ। ਇਹਦੇ ਲਿਖਣ ਵਾਲਾ ਜਿਹੜਾ ਹੈ ਨਾ ਮੁਲਾਣਾ, ਜਿਸਨੇ ਇਸ ਦੀ ਬਾਬਤ ਲਿਖਿਆ ਵੀ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ, ਉਹ ਕਹਿੰਦਾ ਸੁਪਨਾ ਹੀ ਆਇਆ ਹੋਣਾ ਮੁਹੰਮਦ ਸਾਹਿਬ ਨੂੰ, ਇਹ ਜਿਹੜਾ ਇਹੋ ਜਿਹਾ ਉਹਨੂੰ ਪ੍ਰਤੀਤ ਹੋਇਆ ਉਹ ਸੁਪਨਾ ਮੰਨਦਾ ਉਹਦਾ ਜਿਹੜਾ ਸੇਵਕ ਹੈ। ਬਾਕੀ ਤਾਂ ਗੱਲ ਕੀ ਹੈ, ਤੇ ਸਤਿਗੁਰੂ ਸਾਹਿਬ ਜੀ ਉਹ ਕਹਿੰਦੇ ਹਨ ਪੀਰ ਪੈਗੰਬਰ ਸਾਲਕ ਸਾਧਕ, ਜਿਹੜੇ ਪੀਰ ਮੁਸਲਮਾਨਾਂ ਦੇ ਮੁਰਸ਼ਦ ਹੋਣ ਵਾਲੇ ਹੈ ਤੇ ਪੈਗੰਬਰ ਨਵੇਂ ਮਤ ਦੇ ਪ੍ਰਗਟ ਕਰਨ ਵਾਲੇ, ਖੁਦਾਈ ਅਕਾਸ਼ੀ ਪੈਗਾਮ ਲਿਆਉਣ ਵਾਲੇ, ਜਿਵੇਂ ਮੁਹੰਮਦ ਸਾਹਿਬ ਕਹਿੰਦਾ 30 ਪਾਰੇ ਜਿਹੜੇ 30 ਚਿੱਠੀਆਂ ਅਜਰਾਈਲ ਦੇ ਹੱਥੀਂ ਖੁਦਾ ਨੇ ਕੇ ਭੇਜੀਆਂ ਮੁਹੰਮਦ ਸਾਹਿਬ ਨੂੰ, ਉਹ ਜਿਹੜੇ ਪਾਰੇ ਕਈ ਮਦੀਨੇ ਦੇ ਵਿੱਚ ਉਤਰੀ ਹੈ, ਕਈ ਇਸ ਪ੍ਰਕਾਰ ਉਹਨੂੰ ਮੱਕੇ ਵਿੱਚ ਉਤਰੀਆਂ ਹਨ, ਕਿਉਂ 30 ਪਾਰੇ ਜਿਹੜੇ ਹਨ ਕੁਰਾਨ ਦੇ। ਅਸਲ ਵਿੱਚ ਗੱਲ ਸੀ ਇੱਕ ਫਕੀਰ ਨੇ ਲਿਖ ਕੇ ਭੇਜੇ ਸੀ ਤੇ ਮੁਹੰਮਦ ਸਾਹਿਬ ਨੂੰ ਮਿਲਣ ਵਾਸਤੇ ਉਹ ਆਇਆ। ਮੁਹੰਮਦ ਨੇ ਆਪਦੇ ਮਰੀਦਾਂ ਨੂੰ ਕਿਹਾ ਅੱਜ ਤੁਹਾਨੂੰ ਸ਼ੈਤਾਨ ਮਿਲੂਗਾ, ਉਹ ਕਹੂਗਾ ਮੈਂ ਕੁਰਾਨ ਸ਼ਰੀਫ ਬਣਾਇਆ ਤੁਸੀਂ ਉਹਨੂੰ ਮਾਰ ਦਿਓ। ਉਹ ਜਿਸ ਵੇਲੇ ਗਿਆ ਮੁਹੰਮਦ ਸਾਹਿਬ ਨੂੰ ਮਿਲਣ ਵਾਸਤੇ ਤੇ ਉਹਨੂੰ ਪੁੱਛਿਆ ਮੁਹੰਮਦ ਨਹੀਂ ਆਇਆ, ਕਹਿੰਦੇ ਉਹਦਾ ਪੈਗੰਬਰ ਹੈ ਤੇਰੇ ਕੋਲ ਕਿਉਂ ਆਵੇ, ਕਹਿੰਦੇ ਮੇਰਾ ਚੇਲਾ ਹੈ ਹੋ ਮੇਰੇ ਪਾਸੋਂ ਉਹਦੇ ਪਾਸ 30 ਪਾਰੇ ਗਏ ਹੈ। ਉਹ ਕਹਿੰਦੇ ਤਾਂ ਇਹ ਸ਼ੈਤਾਨ ਹੈ ਉਹਨੇ ਮਰਵਾ ਤਾ ਮੁਹੰਮਦ ਸਾਹਿਬ, ਬੜੀ ਹੋ ਗਿਆ ਵੀ ਖੁਦਾ ਵੱਲੋਂ ਜਿਹਨੂੰ ਦਹੀ ਆਉਂਦੀ ਹੁੰਦੀ ਹੈ ਉਸੇ ਨੂੰ ਕਹਿੰਦੇ ਦਹੀ ਉਤਰੀ ਸੀ। ਇਸੇ ਪ੍ਰਕਾਰ ਇਹ ਕਹਿੰਦੇ ਆ ਉਹ ਬਣਾ ਕੇ ਗੱਲਾਂ ਕਿ 30 ਪਾਰੇ ਆਏ ਹੈ, ਇਲਹਾਮ ਹੋਇਆ ਰੋ ਵਿਚਾਰ ਸਾਹਿਬ ਸਿੰਘ ਜੀ ਮਹਾਰਾਜ ਕਹਿੰਦੇ ਹੈ ਕਿ ਉਹ ਪੈਗਾਮ ਨੂੰ ਲਿਆਉਣ ਵਾਲੇ ਅਗਾਸੀ ਪੈਗਾਮ ਨੂੰ ਕੁਰਾਨ ਨਾਮ ਹੈ, ਕੁਰ ਆਕਾਸ਼ ਦੇ ਰਾਹੀਂ ਕੁਰ ਨਾਮ ਬਾਣੀ ਦਾ ਹੈ, ਆਕਾਸ਼ੀ ਬਾਣੀ ਜੀ ਨੂੰ ਉਤਰੀ ਉਹਦਾ ਨਾਮ ਕੁਰਾਨ ਹੈ। ਉਹ ਹਜ਼ੂਰ ਕਹਿੰਦੇ ਹਨ ਇਹ ਜਿਹੜੇ ਪੈਗੰਬਰ ਕਹਿੰਦੇ ਸਾਨੂੰ ਆਕਾਸ਼ੀ ਪੈਗਾਮ ਉਤਰੇ ਹੈ, ਕਿਉਂ ਪੈਗੰਬਰ ਨਵੇਂ ਮਤ ਦੇ ਪ੍ਰਵਿਰਤ ਕਰਨ ਵਾਲੇ। 1,24,000 ਪੈਗੰਬਰ ਮੰਨਿਆ, 1,000 ਖਲੀਫਾ ਮੰਨਿਆ, 1,24,000 ਇਸ ਦੇ ਤਾਂ ਮੁਹੰਮਦ ਸਾਹਿਬ ਨੂੰ ਅਖੀਰੀ ਪੈਗੰਬਰ ਇਹਨਾਂ ਲੋਕਾਂ ਨੇ ਮੰਨਿਆ। ਹਜ਼ੂਰ ਫਰਮਾਉਂਦੇ ਹਨ ਇਹ ਜਿਹੜੇ ਪੀਰ ਮੁਰਸ਼ਿਦ ਹਨਗੇ ਤੇ ਪੈਗੰਬਰ ਹਨਗੇ ਨਵੇਂ ਮਤ ਨੂੰ ਪ੍ਰਵਿਰਤ ਕਰਨ ਵਾਲੇ ਮੁਸਲਮਾਨਾਂ ਦੇ। ਸਾਲਕ ਸਾਧਕ, ਸਾਲਕ ਗਿਆਨਵਾਨ ਆਪਣੇ ਆਪ ਨੂੰ ਕਹਾਉਣ ਵਾਲੇ, ਸਾਧਕ ਸਿਦਕ ਵਾਲੇ ਮੁਰੀਦ ਆਪਣੇ ਆਪ ਨੂੰ ਕਹਾਉਣ ਵਾਲੇ, ਭਰੋਸੇ ਵਾਲੇ। ਸੋਹਦੇ ਔਰ ਸ਼ਹੀਦ, ਸੋਹਦੇ ਜਿਹੜੇ ਗਰੀਬ ਲੋਕ ਹਨਗੇ, ਸੋਹਦੇ ਆਪਣੇ ਕੋਠਵਾਰੀਏ ਲੋਕ, ਸੋਹਦਾ ਬਾਹਲੇ ਗਰੀਬ ਆਦਮੀ ਨੂੰ ਕਹਿੰਦੇ ਆ, ਪਰ ਇੱਥੇ ਸੋਹਦੇ ਸ਼ਬਦ ਸ਼ਹੀਦਾਂ ਦਾ ਬਹੁਤ ਵਚਨ ਹੈ। ਸ਼ਹੀਦ ਉਹ ਜਿਹੜੇ ਆਪੋ ਵਿੱਚ ਜਿਵੇਂ ਹਸਨ ਤੇ ਹੁਸੈਨ ਮਰ ਗਏ ਸਨ, ਇੱਕ ਲੜਕੀ ਰਾਜੇ ਦੀ ਪਿੱਛੇ ਲੜਕੇ ਖੂਹ ਦੇ ਵਿੱਚ ਡਿੱਗ ਪਏ ਸਨ ਟੋਏ ਵਿੱਚ,
फिर कहते हैं मकड़ी ने जाला करता जो पालन लगे कहते जरा साना जी नू कहते हैं इस कहते तोड़ दिता ही जाल से मार देंगे वे ये झाटी ओन महंगाई क्ढन की करते है मार के वैर इन्होंने इन्होंने मशक तारती कूने तोड़ते मारते इस तरह तो रो विचार की इस साल च पैना है पीर पकंबर इस प्रकार सिदक वाले जिज्ञासु जेड़े हैं इन्होंने भरोसे आले मरीज जेड़े गरीब आदमी जो सोधे शहीदा का बहुत वचन है जेडे धर्म युग वास्ते मरे हो शहीद हसन हुसैन आदि जिम्मे लड़की पिछे मर के ये दोते मरे मोहम्मद शेख मसायक काजी मुल्ला इस प्रकार शेख जेडे दुर्ध जाति वाले कहते अपने आप मुसलमाना जिम्मे ब्राह्मण हैं हिंदुआ क्यों जेडे वड्डी जात वाले शेख जां शेख जेडे ब्राह्मणा तो मुसलमान बनाए वो शेख जाति वाले समझने के मसायक मिन्नत करने वाले जेडे मुसक्कत करने वाले महंत लोग पूजनीक काजी मुल्ला काजी जेडे शरा की व्यवस्था दसने वाले इस प्रकार शरा कहती करना फतवे लाने वाले मुला बुलाने मुंडिया पढ़ाने वाले मदरसा या मुर्दिया दबाने वाले फायदा देने वाले सारे जेडे कहते दर के सारे दरवेश ही है दरवेश कुकर दिया ही परमेश्वर के दर विच है या दर के दरवेश जेडे हैं दरवेश दर अवेश प्रवेश होने वाले जेडे अपने आप न कहते हैं रसीद अपने आप न पहुंच वाले कहते हैं पहुंच असल किसी नहीं है सारे दरवेश ही है परमेश्वर के दर विच दरवेश होके पहुंचे हुए गरीब हो करके फकीर बन के बरकत तिल कहो अगली महाराज इन्हों बरकत बड़िया है कहते ठीक है परमेश्वर का बख्शिंद बिरद है बख्शिश उन्होंने अगलिया बहुत सारिया बरकत दिखाई शक्ति बहुत दिखती है उन्होंने अगली बेंत शक्तियां दिखाई मूसे आदकों मुहम्मद आदकों शक्तियां का बेंत बख्शिया पढ़ते रहन जरूर पर वाहगुरु का अंत नहीं पा सकते सारे पढ़ते रहन जरूर दरूद प्रार्थना जिमें आनंद साहब पढ़ी दड़ा प्रशाद प्रार्थना करते रहते हैं रुमाल पा के भोजन से दरूद है सो इस तरह दरूद प्रार्थना करते रहते टप्पे जे पढ़ पढ़ के सुभान अल्लाह दे कुछ ना साजे कुछ ना ढाहे परमेश्वर महाराज इन्हों के वस नहीं कहते ना भाई स्वतंत्र है कुछ ना साजे पुछ के जगत न रचता नहीं इन्होंने पीर पकंबरों को पुछ के जगत की पढ़ लो नहीं करता भी हूं पढ़ लो कर लव वो स्वतंत्र है परमेश्वर कुछ ना दे ले पुछ करके किसी को दात नहीं दिंदा पुछ के किसी के पास जिंद नहीं लेंदा जे पुछ के देवे कौन देन दा भीली वर्गियों को कौन निहाल कर दिंदा सी वो सदा बख्शिंद भाई लालो वर्गियों दे उहदे प्रसादां चों दुध कढ के विखाता महाराज जी ने क्यों पुछ के नहीं दात दिंदा ते पुछ करके ਲਹਿੰਦਾ ਨੀ ਜਿੰਦਾ ਤੈਨੂੰ ਸਦਾ ਸੁਤੰਤਰ ਹੈ ਆਪਣੀ ਕੁਦਰਤ ਆਪੇ ਜਾਣੈ ਆਪਣੀ ਕੁਦਰਤ ਸ਼ਕਤੀ ਨੂੰ ਆਪ ਹੀ ਅੰਤਰਜਾਮੀ ਵਾਹਿਗੁਰੂ ਜਾਣਦਾ ਹੈ ਆਪੇ ਕਰਨ ਕਰੇ ਆਪ ਹੀ ਸਾਰਾ ਜਗਤ ਜਿਹੜਾ ਕਰਨ ਨੇ ਕਾਰਜ ਰੂਪ ਆਪ ਹੀ ਕਰਨ ਕਾਰਨ ਸਮਰੱਥ ਹੈ ਆਪ ਹੀ ਸਾਰਿਆਂ ਕਾਰਨਾਂ ਨੂੰ ਕਰਨ ਵਾਲਾ ਪਰਮੇਸ਼ਵਰ ਹੈ ਆਪ ਹੀ ਕਰਨ ਤਿੰਨ ਗੁਣ ਪੈਦਾ ਕੀਤੇ ਹੈ ਆਪ ਹੀ ਉਹਨਾਂ ਦੁਆਰਾ ਪੰਜ ਤੱਕ ਸੂਖਮ ਤੱਕ ਸੂਲ ਤੱਕ ਰਚੇ ਹੈ ਕਿਉਂ ਕਾਰਨ ਕਾਰਜ ਤੇ ਕਰਨ ਰੂਪ ਆਪ ਹੀ ਹੁਣ ਕਰਨਾ ਕੀਤੇ ਕਰਨ ਕਾਰਨ ਨੇ ਸਭ ਨਾ ਵੇਖੈ ਨਜ਼ਰ ਕਰ ਇਹ ਸਾਰਿਆਂ ਤੇ ਆਪਣੀ ਦ੍ਰਿਸ਼ਟੀ ਕਰਕੇ ਵੇਖਣ ਵਾਲਾ ਹੈ ਉਹ ਜੈ ਭਾਵੈ ਤੈ ਦੇ ਜਿਹੜਾ ਉਹਦੀ ਸਰਵਾ ਕਰਦਾ ਹੈ ਜਿਹੜਾ ਭਾ ਜਾਂਦੀ ਹੈ ਜਿਹਦੀ ਕਰਨੀ ਉਸ ਨੂੰ ਪਰਮੇਸ਼ਵਰ ਦਾਤ ਦੇ ਦਿੰਦਾ ਬਖਸ਼ਿਸ਼ ਕਰ ਦਿੰਦਾ ਹੈ ਖਾਵਾ ਨਾਵ ਨਾ ਜਾਣੀਐ ਫਿਰ ਮਹਾਰਾਜ ਉਹਦਾ ਸਰੂਪ ਦਾ ਤੁਸੀਂ ਸੋ ਕੇਵਲ ਉਹ ਕਿਹਾ ਨਹੀਂ ਜਾਂਦਾ ਬੇਅੰਤ ਕਹਿਤਾ ਉਹਨੂੰ ਅੱਪੜ ਨਹੀਂ ਸਕਦਾ ਕੋਈ ਤੁਸੀਂ ਦੱਸ ਦਿੱਤਾ ਹੈ ਪੀਰ ਪਕੰਬਰ ਸਾਰੇ ਜ਼ਰੂਰ ਹੀ ਪੜ੍ਹਦੇ ਰਹਿੰਦੇ ਹੈ ਉਹ ਥਾਂ ਤਾਂ ਦੱਸ ਦਿਓ ਫਿਰ ਉਸਦਾ ਹਜ਼ੂਰ ਫਰਮਾਉਂਦੇ ਹਨ ਖਾਵਾ ਨਾਵ ਨਾ ਜਾਣੀ ਉਹ ਕੇਵਲ ਦੇ ਅਰਥ ਹੁਣ ਤਾਂ ਕੀਤੇ ਇਸ ਪੌੜੀ ਤਾਂ ਹੁਣ ਅੱਗੇ ਕੇਵਲ ਕਿਸ ਥਾਂ ਦੇ ਅਰਸਾ ਉਹਦੇ ਚ ਵੀ ਹੋ ਗਿਆ ਸੀ ਕਿੱਡਾ ਕੁ ਵੱਡਾ ਕਹਿ ਦਈਏ ਕਿਹੜਾ ਥਾਂ ਦੱਸੀਏ ਪਰ ਫਿਰ ਵਿਸਤਾਰ ਕਰਕੇ ਵੀ ਕਿਹਾ ਆਪ ਨੇ
ਆਵਾ ਨਾਵ ਨਾ ਜਾਣੀ ਹੈ। ਇਹ ਕਾਜੀ ਉਸ ਪਰਮੇਸ਼ਵਰ ਦੇ ਥਾਵਾਂ ਦੇ ਨਾਮ ਨਹੀਂ ਜਾਣੇ ਸਕਦੇ ਜਾ ਸਕਦੇ, ਕਿੰਨੇ ਕੁ ਉਹਦੇ ਥਾਂ ਹੈ ਤੇ ਕਿੰਨੇ ਕੁ ਉਹਦੇ ਥਾਵਾਂ ਦੇ ਨਾਮ ਹਨ। ਨਾਵਾ ਕੇਵਲ ਨਾਮ, ਉਹਦੇ ਨਾਮ ਵਿੱਚ ਕਿੱਡਾ ਵੱਡਾ ਉਹਦਾ ਸਤਨਾਮ ਹੈ ਇਹ ਵੀ ਨਹੀਂ ਕਿਹਾ ਜਾ ਸਕਦਾ। ਸਤਨਾਮ ਤੇਰਾ ਪਰਾ ਪੂਰਵ ਨਾ, ਥਾਵਾਂ ਦੇ ਨਾਮ ਨਹੀਂ ਜਾਣ ਸਕੀ ਦੇ, ਕਿਹੜੇ ਥਾਂ ਦੱਸੀਏ, ਕਿਹੜੇ ਕਿਹੜੇ ਨਾਮ ਦੱਸੀਏ, ਕਿਹੜੇ ਸਰਵਤਰ ਦਿਸ ਹੈ ਉਸਦਾ ਨਾਮ ਕਿੱਡਾ ਕੁ ਵੱਡਾ ਦੱਸੀਏ, ਜਿਸਦਾ ਅਨਾਮੇ ਆਦਿਕ ਨਾਮ ਹਨ। ਜਿੱਥੇ ਵਸੈ ਮੇਰਾ ਪਾਤਸ਼ਾਹ, ਇਹ ਕਾਜੀਓ ਜਿੱਥੇ ਮੇਰਾ ਪਾਤਸ਼ਾਹ ਅਕਾਲ ਪੁਰਖ ਸਰੂਪ ਦਾ ਮਾਲਕ ਵਸਦਾ ਹੈ, ਤੂੰ ਕੇਵਲ ਹੈ ਥਾਂ, ਉਹ ਕਿੱਡਾ ਕੁ ਵੱਡਾ ਥਾਂ ਹੈ ਦੱਸੀਏ, ਤੁਹਾਨੂੰ ਕਥਨ ਕੀਤਾ ਜਾਣਾ, ਨਹੀਂ ਕਿਹਾ ਜਾ ਸਕਦਾ ਕਿਸੇ ਪਾਸੋਂ। ਅੰਬੜ ਕੋਈ ਨਾ ਸਕਈ, ਸਤਿਗੁਰੂ ਜੇ ਤੁਸੀਂ ਨਹੀਂ ਪਹੁੰਚ ਸਕਦੇ, ਜਿਹੜੇ ਪਹੁੰਚੇ ਉਹਨਾਂ ਨੂੰ ਪੁੱਛ ਲਓ। ਮਹਾਰਾਜ ਕਹਿੰਦੇ ਅੰਬੜ ਕੋਈ ਨਾ ਸਕੀ, ਜੇ ਕਾਜੀਓ ਕੋਈ ਪਹੁੰਚ ਹੀ ਨਹੀਂ ਸਕਦਾ ਉਸ ਰੂਪ ਵਿੱਚ, ਕਿਸੇ ਦੀ ਪਹੁੰਚ ਹੈ ਹੀ ਨਹੀਂ ਉੱਥੇ। ਕਿਸਨੂੰ ਪੁੱਛਣ ਜਾ, ਮਹਾਰਾਜ ਕਿਸੇ ਨੂੰ ਪੁੱਛਿਆ, ਉਹ ਕਹਿੰਦੇ ਕਿਹਨੂੰ ਪੁੱਛਣ ਜਾਈ ਜਦੋਂ ਪਹੁੰਚ ਵਾਲੇ ਹੈ ਹੀ ਨਹੀਂ, ਅੰਤਰਜਾਮੀ ਅਗਲਾ ਪਾਰ ਹੈ। ਵਰਨਾ ਵਰਨ ਨਾ ਭਾਵਨੀ, ਜੇ ਮਹਾਰਾਜ ਜਿਹੜੇ ਵੱਡੇ ਕੀਤੇ ਇਹ ਤਾਂ ਪਹੁੰਚੇ ਹੋਏ ਹੋਣੇ ਹੈ, ਮਹਾਰਾਜ ਕਹਿੰਦੇ ਇਹਨਾਂ ਨੂੰ ਕੀ ਪਹੁੰਚਣਾ ਸੀ। ਵਰਨਾ ਵਰਨ ਨਾ ਭਾਵਨੀ, ਜੇ ਪਰਮੇਸ਼ਰ ਪਰਦੇ ਸਾਰੀ ਤੁਕ, ਜੇ ਕਿਸੇ ਵੱਡਾ ਕਰੇ, ਜੇ ਕਰਕੇ ਪਰਮੇਸ਼ਰ ਕਿਸੇ ਨੂੰ ਭਾਈ ਵੱਡਾ ਕਰ ਦੇਵੇ। ਵਰਨਾ ਵਰਨ ਭਾਵਨੀ, ਵਰਨਨ ਤਾਂ ਅੱਗੇ ਹੀ ਨਹੀਂ ਵਰਨ ਪਾਉਂਦਾ, ਬਾਹਮਣ ਨੂੰ ਬਾਹਮਣ ਨਹੀਂ ਪਾਉਂਦੇ, ਖੱਤਰੀ ਨੂੰ ਖੱਤਰੀ ਨਹੀਂ ਪਾਉਂਦੇ, ਆਪੋ ਵਿੱਚ ਹੀ ਖਹਿ ਕਹਿ ਕੇ ਮਰਦੇ ਹੈ। ਜੇ ਕਿਸੇ ਨੂੰ ਵੱਡਾ ਕਰ ਦੇਵੇ, ਖਬਰਾਓ ਕਿੰਨਿਆਂ ਕੁ ਨੂੰ ਖਾ ਪੀ ਜਾਵੇ, ਕਿੰਨਿਆਂ ਨੂੰ ਨਾਸ਼ ਕਰ ਦੇਵੇ, ਉਹ ਤਾਂ ਬੇਅੰਤ ਹੈ ਪਰਮੇਸ਼ਰ, ਉਹਨੇ ਆਪਦੇ ਵਸ ਰੱਖੇ ਹੈ ਸਾਰੇ। ਇਸ ਪ੍ਰਕਾਰ ਵਰਨਾ ਵਰਨ ਭਾਵਨੀ, ਵਰਨਾ ਤੇ ਵਰਨ ਨੂੰ ਵਰਨਨ ਤੇ ਵਰਨ ਨਹੀਂ ਪਾਉਂਦੇ। ਜੇ ਕਿਸੇ ਨੂੰ ਵੱਡਾ ਕਰਦੇ, ਖਬਰਾਂ ਕੀ ਖੂਹ ਪੱਟਣ ਲੱਗਦੇ ਉਹ, ਜੋ ਅੱਗੇ ਹੀ ਲੜ ਲੜ ਕੇ ਮਰਦੇ, ਕਹਿ ਕਹਿ ਕੇ ਮਰਦੇ ਹਨ, ਉਹ ਪਰਮੇਸ਼ੁਰ ਨੇ ਆਪਦੇ ਵਸ ਰੱਖੇ ਹੋਏ ਆ ਸਾਰੇ। ਵਰਨਾ ਵਰਨ ਭਾਵਨੀ, ਜੇ ਕਿਸੇ ਨੂੰ ਪਰਮੇਸ਼ੁਰ ਵੱਡਾ ਕੌਣ ਬ੍ਰਹਮ ਗਿਆਨੀ ਕਰ ਦੇਵੇ, ਉਹਦੇ ਅੰਦਰ ਵਰਨਾ ਤੇ ਵਰਨਾ ਦੀ ਭਾਵਨਾ ਨਹੀਂ ਰਹਿ ਜਾਂਦੀ, ਸਾਰਿਆਂ 'ਚ ਵਾਹਿਗੁਰੂ ਦੀ ਜੋਤ ਵੇਖਣ ਲੱਗ ਜਾਂਦਾ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਵਰਨਾ ਵਰਨ ਭਾਵਨੀ, ਉਹਨਾਂ ਦੇ ਅੰਦਰ ਇਹ ਚੰਗਾ ਵਰਨ ਹੈ, ਇਹ ਮਾੜਾ ਵਰਨ ਹੈ, ਇਹ ਭਾਵਨਾ ਨਹੀਂ ਰਹਿ ਜਾਂਦੀ ਜਿਹਨਾਂ ਨੂੰ ਪਰਮੇਸ਼ੁਰ ਵੱਡਾ ਕਰ ਦਿੰਦਾ ਹੈ। ਤੇ ਜੇ ਕਿਸੇ ਵੱਡਾ ਕਰੇ, ਜੇ ਕਿਸੇ ਨੂੰ ਪਰਮੇਸ਼ੁਰ ਵੱਡਾ ਕਰ ਦੇਵੇ, ਉਹਨਾਂ ਨੂੰ ਵਰਨਾ ਵਰਨ ਭਾਵਨੀ, ਉਹਨਾਂ ਨੂੰ ਸਭ ਸੰਗੇ ਜੀ ਵਰਨਾ ਦੀ ਜਿਹੜੇ ਅਵਰਨ ਵੀ ਹੈ ਨਾ, ਉਹ ਅਵਰਨ ਨਹੀਂ ਰਹਿੰਦੇ, ਉਹ ਵਰਨ ਵੱਡੇ ਬਣ ਜਾਂਦੇ ਹਨਗੇ। ਉਹਨੇ ਅੰਦਰ ਭਾਵਨਾ ਦੀ ਅਵਰਨ ਪੁਣੇ ਦੀ ਅਵਰਨ ਦੀ ਅਵਰਨ ਕੌਣ ਹੈ, ਅਗਿਆਨ ਦੇ ਪਰਦੇ ਦੀ ਉਹਦੇ ਅੰਦਰ ਸੰਘਾ ਨਹੀਂ ਰਹਿੰਦੀ। ਜੋ ਵਰਨ ਕਸਮ ਕਰਨੇ ਜੋ ਪਰਮੇਸ਼ੁਰ ਹੈ, ਉਹਦੇ ਵਿੱਚੋਂ ਭੇਦ ਹੋ ਜਾਂਦੇ ਹਨ। ਜੇ ਕਿਸੇ ਵੱਡਾ ਕਰੇ, ਕਿਸੇ ਨੂੰ ਮਾੜਾ ਵੱਡਾ ਕਰਦੇ, ਵਰਨਾ ਵਰਨਾ ਦੀ ਭਾਵਨੀ ਚੱਕੀ ਜਾਂਦੀ ਹੈ, ਸਾਰਿਆਂ 'ਚ ਵਾਹਿਗੁਰੂ ਦੀ ਜੋਤੀ ਸਮਝ ਲੈਂਦਾ ਹੈ। ਵੱਡੇ ਹੱਥ ਵਡਿਆਈ, ਵੱਡੇ ਪਰਮੇਸ਼ੁਰ ਦੇ ਹੱਥ ਭਾਈ ਵਡਿਆਈਆਂ ਹੋਣਗੀਆਂ। ਜੈ ਭਾਵ ਹੈ ਤੈ ਦੇ, ਜਿਹੜਾ ਇਹ ਕਾਜੀ ਉਸ ਨੂੰ ਭਾਲ ਜਾਂਦਾ, ਉਹਨੂੰ ਬਖਸ਼ਿਸ਼ ਕਰ ਦਿੰਦਾ ਹੈ। ਹੁਕਮ ਸਵਾਰੇ ਆਪਣੇ, ਇਹ ਸਾਰੇ ਜਿੰਨੇ ਜੀ ਜਾਂਦਾ ਆਪਦੇ ਹੁਕਮ ਵਿੱਚ ਹੀ ਉਸ ਨੂੰ ਸਵਾਰੇ ਹੋਇਆ, ਸੁਤੰਤਰ ਨਹੀਂ ਕੋਈ ਆਦਮੀ ਬਣ ਸਕਦਾ। ਚਸਾ ਨਾ ਢਿੱਲ ਕਰੇ, ਜਦੋਂ ਮਹਾਰਾਜ ਚਾਹੁੰਦਾ ਉਹ ਚਸਾ 15 ਵਾਰੀ ਅੱਖ ਫੜਕੇ ਇੱਕ ਬਿਸਵਾ ਹੁੰਦਾ, 15 ਬਿਸਵਿਆਂ ਦਾ ਇੱਕ ਚਸਾ ਹੁੰਦਾ, ਇਹਨਾਂ ਚਿਰ ਵੀ ਢਿੱਲ ਦੇਰ ਨਹੀਂ ਕਰਦਾ ਹੈ। ਸਭ ਤੂੰ ਆਖੇ ਬਹੁਤ ਬਹੁਤ, ਵਰਨਾ ਵਰਨ ਭਾਵਨੀ, ਜੇ ਕਿਸੇ ਵੱਡਾ ਕਰੇ, ਜਿਸ ਕਿਸੇ ਨੂੰ ਪਰਮੇਸ਼ੁਰ ਵੱਡਾ ਕਰ ਦਿੰਦਾ ਹੈ, ਉਹ ਇਉਂ ਨਹੀਂ ਜਾਣਦਾ ਵੀ ਇਹ ਚੰਗੇ ਵਰਨ ਵਾਲੇ ਨੂੰ ਵੱਡਾ ਕਰਨਾ ਜਾਂ ਵਰਨ ਵਾਲੇ ਨੂੰ ਵੱਡਾ ਕਰਨਾ, ਜਿਹਨੂੰ ਚਾਹੁੰਦਾ ਵੱਡਾ ਕਰ ਦਿੰਦਾ ਹੈ। ਉਸ ਵੱਡੇ ਦੇ ਹੱਥ ਵਡਿਆਈਆਂ, ਜਿਸ ਨੂੰ ਪਾ ਜਾਂਦਾ ਉਸ ਨੂੰ ਬਖਸ਼ਿਸ਼ ਕਰ ਦਿੰਦਾ। ਹੁਕਮ ਸਵਾਰੇ ਆਪਣੇ, ਆਪਣੇ ਹੁਕਮ ਵਿੱਚ ਹੀ ਸਾਰੇ ਸੰਸਾਰ ਨੂੰ ਸਵਾਰਿਆ ਹੋਇਆ ਹੈ। ਜਸਾ ਨਾ ਢਿੱਲ ਕਰੇ, ਜਸਾ ਮਾਤਰ ਵੀ ਢਿੱਲ ਦੇਰ ਨਹੀਂ ਕਰਦਾ ਹੈ ਕਰਨ ਲੱਗਾ। ਸਭ ਤੂੰ ਆਖੇ ਬਹੁਤ ਬਹੁਤ, ਸਾਰੇ ਮਹਾਰਾਜ ਜਿੰਨੇ ਲੋਕ ਹੈ, ਬਹੁਤਾ ਹੀ ਬਹੁਤਾ ਉਸ ਪਰਮੇਸ਼ੁਰ ਨੂੰ ਕਹਿੰਦੇ ਹਨ। ਲੈਣਾ ਕਹਿ ਵਿਚਾਰ, ਉਹ ਪਰਮੇਸ਼ੁਰ ਵੱਡਾ ਹੋ ਜਾਂਦਾ ਹੁਣ, ਮਹਾਰਾਜ ਕਹਿੰਦੇ ਉਹ ਵੱਡਾ ਨਹੀਂ ਭਾਈ ਹੁੰਦਾ। ਸਾਰੇ ਲੋਕ ਜਿਹੜੇ ਆ, ਬਹੁਤਾ ਸਾਨੂੰ ਪਦਾਰਥ ਦੇ, ਬਹੁਤੀ ਸਾਨੂੰ ਉਮਰ ਦੇ, ਬਹੁਤਾ ਸਾਨੂੰ ਜਸ ਦੇ, ਬਹੁਤੀ ਸਾਨੂੰ ਵਡਿਆਈ ਦੇ, ਇਹ ਲੈਣ ਵਾਸਤੇ ਵਿਚਾਰ 'ਚ ਫਸੇ ਹੋਏ ਵਡਿਆਈਆਂ ਕਰਦੇ ਹੈ। ਉਹ ਪਰਮੇਸ਼ੁਰ ਵੱਡਾ ਕਿਸੇ ਦਾ ਕੀਤਾ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਸਾਰੇ ਨਾਸਤਿਕ ਹੋ ਜਾਣ ਘਰ ਨਹੀਂ ਜਾਂਦਾ, ਕੋਈ ਘਰ ਸਹਿੰਦਾ ਪਰਮੇਸ਼ੁਰ ਤਾਂ ਸਭ ਕੋਈ
बहुते पदार्थों की इच्छा लैके बहुते जह की इच्छा लैके बहुता ही बहुता वाहिगुरु के गुणा कही जाता है पर मंगण तो रहत कोई नहीं वेखीदा लैना का विचार कोई रिधिया सिद्धियां लैण के विचार से कोई जस लैण के विचार से सारे लगे रेंदे है केवट दाता आखी है उस दाते अकालपुर किड्डा क वड्डा भाई कह जाइए देख रहा सुमार जेड़ा परमेश्वर देख के हुए सारे की गिनती कर रहे हैं वो कितने जी जात रंगा के नाव सबना लिखिया बुरी कलाम ਸਮਾਂ ਵੀ ਸ਼ੁਮਾਰ ਗਿਣਤੀ ਕਰ ਰਿਹਾ ਹੈ ਉਸ ਦਾਤੇ ਨੂੰ ਕਿੱਡਾ ਕੁ ਵੱਡਾ ਕਹਿੰਦੇ ਜੀ ਜੰਤ ਕੀੜੀਆਂ ਹੀ ਨਹੀਂ ਗਿਣੀਆਂ ਜਾਂਦੀਆਂ ਕਿੰਨੀਆਂ ਪਰਮੇਸ਼ਰ ਕੀੜੀਆਂ ਹੀ ਪੈਦਾ ਕੀਤੀਆਂ ਹੈ ਜਿਹੜਾ ਸਾਰੇ ਨੂੰ ਦਾਤ ਦੇ ਕੇ ਸ਼ੁਮਾਰ ਗਿਣਤੀ ਕਰ ਰਿਹਾ ਉਹਨੂੰ ਕਿਹੜਾ ਗਿਣ ਸਕਦਾ ਹੈ ਕਿੱਡਾ ਕੁ ਵੱਡਾ ਦਾਤਾ ਉਸ ਨੂੰ ਆਖੀਏ ਇੱਕ ਤਰਨ ਹਾਰੀ ਇੱਕ ਮਾਸ ਹਾਰੀ ਇੱਕ ਤਰਨ ਖਾ ਇੱਕ ਮੈਂ ਛੱਤੀ ਅੰਮ੍ਰਿਤ ਪਾ ਹੈ ਇੱਕ ਮਿੱਟੀਆਂ ਮੈਂ ਮਿੱਟੀਆਂ ਖਾ ਹੈ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜਿਵੇਂ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਹ ਨਾਹੀ ਮਨ ਕੋਏ ਉਹ ਸਾਰਿਆਂ ਨੂੰ ਦਾਤ ਦੇ ਕੇ ਫਿਰ ਰਿਹਾ ਸਮਾਰ ਸਮਾਰ ਗਿਣਤੀ ਤੋਂ ਰਹਿਤ ਹੋ ਰਿਹਾ ਉਹਦੀ ਗਿਣਤੀ ਨਹੀਂ ਪਾ ਸਕਦਾ ਕੋਈ ਉਹ ਬੇਅੰਤ ਹੈ ਨਾਨਕ ਤੂਤ ਨਾ ਆ ਗਈ ਫਿਰ ਮਾਰਾ ਉਹਦਾ ਖਜ਼ਾਨਾ ਜਿਵੇਂ ਰਾਜਿਆਂ ਦੇ ਖਜ਼ਾਨੇ ਮੁੱਕ ਜਾਂਦੇ ਹੈ ਐ ਮੁੱਕ ਜਾਂਦਾ ਹੁਣ ਤਾਂ ਮਹਾਰਾਜ ਕਹਿੰਦੇ ਨੇ ਹੇ ਭਾਈ ਉਹ ਕੋਈ ਉਹਦੇ ਖਜ਼ਾਨੇ ਦੀ ਕਦੇ ਤੋੜ ਘਾਟਾ ਨਹੀਂ ਆਉਂਦਾ ਹੈ ਤੇਰੇ ਜੁਗ ਹੈ ਜੁਗ ਹੈ ਭੰਡਾਰ ਜੁਗਾਂ ਜੁਗਾਂ ਚ ਭੰਡਾਰੇ ਭਗਤਾਂ ਦੇ ਹਿਰਦੇ ਭਰੇ ਹੋਏ ਹੈ ਕਿਸੇ ਪ੍ਰਕਾਰ ਘਾਟਾ ਨਹੀਂ ਸਾਰਿਆਂ ਜੁਗਾਂ ਚ ਸਾਰਿਆਂ ਦੀ ਪਾਲਣਾ ਕਰਦਾ ਹੈ ਤੂੰ ਬੇਅੰਤ ਹੈ ਸੱਚੇ ਪਾਤਸ਼ਾਹ ਇਹਦੇ ਘਰ ਚ ਟੋਟਾ ਨਹੀਂ ਕਿਸੇ ਪ੍ਰਕਾਰ ਦਾ ਸਰਵ ਕਲਾ ਸਮਰੱਥ ਹੈ ਇਹ ਮਾਰਨ ਕਾਜੀਆਂ ਦੇ ਨਾਲ ਇਸ ਤਰ੍ਹਾਂ ਮੱਕੇ ਦੇ ਜਾਂਦਿਆਂ ਹੋਣ ਪ੍ਰਥਾ ਹੈ ਇਹ ਅਸ਼ਟਪਦੀ ਉਚਾਰਨ ਕੀਤੀ ਹੈ ਕੇਵਲ ਦਾਤਾ ਆਖੀਐ ਦੇਖ ਰਿਹਾ ਸੁਮਾਰ ਨਾਨਕ ਤੂਤ ਆ ਗਈ ਤੇ ਜੁਗਹਿ ਜੁਗਹਿ ਭੰਡਾਰ ਵਾਹਿਗੁਰੂ ਜੀ ਦਾ ਬੰਦੋ